ਆਪਣੇ ਭੈਣ ਭਰਾਵਾਂ ਅਸਲਾਮ ਅਲੈਕੁਮ। ਉਮੀਦ ਕਰਨਾ ਸਾਰੇ ਭੈਣਾਂ ਭਰਾ ਖੁਸ਼ ਹੋ ਸਨ, ਨਾਲ ਵੱਲ ਹੋ ਸਨ, ਔਰ ਅੱਲਾਹ ਪਾਕ ਨੇ ਇਫਜ਼ੋ ਇਮਾਨ ਚ ਸੁਣ। ਇਸ ਲਈ ਅਸਾਂ ਪਹੁੰਚੀਏ ਨੇ ਜੀ ਡੈਮ ਪਰ, ਪਲੀਰ ਸ਼ਰੀਫ ਜਿਹੜਾ ਮੇਲਾ ਤੱਕਿਆ ਸੀ ਤੁਹਾਨੂੰ ਪਿੱਛੇ 'ਚ ਦਾਦਾਂ ਦਾ ਤਮਾਸ਼ਾ ਕੈਂਸਲ ਹੋ ਗਿਆ ਸੀ, ਅਤੇ ਉਲਸ ਵੀ ਜਿਹੜਾ ਬਾਰਿਸ਼ਾਂ 'ਚ ਹੋਇਆ ਕੋਈ ਸਹੀ ਨਹੀਂ ਹੋਇਆ ਸੀ, ਬਾਰਿਸ਼ ਇਤਨੀ ਤੇਜ਼ ਸੀ ਨਾ, ਅਤੇ ਇਸ ਲਈ ਅਸਾਂ ਜੁੜੇ ਸਨ ਡੈਮ ਪਰ। ਡੈਮ ਥੋੜ੍ਹਾ ਦੂਰ ਹੈ, ਹੁਣ ਇਸ ਰਾਹ ਤੱਕ ਹੀ ਕਹਿੰਦੀ ਅਸਾਂ ਭੈਡਾਂ ਆਪਣੇ ਕਸ਼ਮੀਰ ਦੀ ਸਖਾਵਤ ਜਿਹੜੀ ਹੈ ਨਾ ਭੈਡਾਂ ਨਾਲ ਰੌਣਕ ਆਉਣੀ, ਅਤੇ ਸਾਡੇ ਖਾਨ ਸਾਹਿਬ ਚਾਰਨੇ ਸਨ, ਅਸਾਂ ਚਲੋ ਉਹਨਾਂ ਨੂੰ ਸਲਾਹ ਦਵਾ ਕਰਨੇ, ਅਤੇ ਨਾਲ ਤੁਸੀਂ ਭੈਡਾਂ ਦੱਸਣੇ ਭੈਣਾਂ ਭਰਾਓ। ਅਸਾਂ ਜਿਹੜੀ ਉੱਧਰ ਪਿੱਛਾ ਚੁੜੀਆਂ ਨਾ ਉਹ ਬਹੁਤ ਦੂਰ ਨਾ, ਉੱਥੇ ਨਹੀਂ ਪਹੁੰਚਣਾ, ਉਹ ਪਿੱਛਾ ਚੁੜੀਆਂ, ਇਹ ਜਿਹੜੀਆਂ ਨੇ ਭੈਡਾਂ ਨਾ ਇਹ ਸਾਡੇ ਕੋਲ ਨਾ, ਇਹਨਾਂ ਤੁਸੀਂ ਦੱਸਣੇ ਆ। ਇਹ ਤਾਂ ਕਿਸੇ ਨੇ ਸਾਰੀਆਂ ਜਿਹੜੀਆਂ ਭੈਡਾਂ ਨਾ ਸਾਡੇ ਕੋਲ ਉਹ ਬੁਨਿਆ ਤੱਕਣ ਨਾ, ਸਾਡੇ ਖਾਨ ਸਾਹਿਬ ਨੇ ਇਹਨਾਂ ਸਲਾਮ ਦਵਾ ਕਰਨੇ ਆ। ਅਸਲਾਮ ਅਲੈਕੁਮ, ਕੀ ਹਾਲ ਹੈ? ਸਿਹਤ ਸੀ ਠੀਕ ਹੈ? ਕਿਆ ਨਾਂ ਆ? ਬਿਬਲਾ। ਬਿਬਲਾ ਕਿਹੜੀ ਜਗ੍ਹਾ ਤੂੰ? ਰੈਪਰ। ਰੈਪਰ ਤੋਂ ਅਚਨਾ ਆਇਆ? ਕਿੰਨੇ ਵਜੇ ਇੱਧਰ ਅਚਨਾ ਆਇਆ? ਇੱਧਰ 2 ਵਜੇ। 2 ਵਜੇ ਦੀ ਅਡੀਸ਼ਨ ਆਇਆ? ਪਹਿਲੇ ਕੌਣ ਹੁੰਦਾ ਇੱਧਰ ਬੈਡੂ? ਇਹ ਬੜਾ ਭਾਈ ਹੁੰਦਾ ਹੈ ਜਾ, ਸ਼ਾਮ ਕੋ ਜਾਤਾ ਹੈ? ਕਿੰਨੇ ਵਜੇ ਇੱਧਰ ਸੇ ਜਾਤਾ ਹੈ? ਸ਼ਾਮ ਤਾਂ 2 ਵਜੇ। ਇਹ 2 ਵਜੇ ਤੁਮ ਇੱਧਰ ਆਤਾ ਹੈ ਨਾ, ਘਰ ਕੋ ਕਬ ਜਾਤਾ ਹੈ? ਘਰ ਤਾਂ ਸ਼ਾਮ ਅਜ਼ਾਨ ਪੜ ਜਾਤਾ। ਸ਼ਾਮ ਕੋ ਅਜ਼ਾਨ ਪੜ ਜਾਤਾ ਹੈ? ਕਿਤਨਾ ਅਰਸਾ ਹੈ ਕਸ਼ਮੀਰ ਮੇਂ? ਪੈਦਾਇਸ਼ ਇੱਧਰ ਹੀ ਹੈ। ਸਾਡੀ ਜ਼ਬਾਨ ਕਿਉਂ ਨਹੀਂ ਸਮਝਦਾ ਫਿਰ? ਹੈਂ, ਸਹੀ ਕਿ ਨਹੀਂ? ਪਸ਼ਤੋ ਨਾ ਬੋਲਿਆ ਤੂੰ, ਸਾਡੇ ਨਾਲ ਪੰਜਾਬੀ ਬੋਲਿਆ ਕਰਨਾ। ਹੈਂ, ਤੂੰ ਜ਼ਿਆਦਾ ਪੰਜਾਬੀ ਬੋਲਿਆ ਕਰ, ਜੇ ਹੁਣ ਤੂੰ ਬਚਪਨ ਦੇ ਇੱਥੇ ਆਇਆ ਵੇ, ਤੂੰ ਜ਼ਿਆਦਾ ਪੰਜਾਬੀ। ਕਿਤਨੀਆਂ ਭੈਡਾਂ ਨਾ ਟੋਟਲ ਕਿਤਨੀ ਭੈਡ ਹੈ? 50 ਦਾਣਾ ਆਇਆ, 100 ਦਾਣਾ ਆਇਆ, ਕਿਤਨਾ ਦਾਣਾ ਆਇਆ? ਬੜੀ ਬੈਡ 100 ਦਾਣਾ, ਤੇ ਛੋਟਾ 40-50 ਸੋਤੀ। ਉਹ ਤਾਂ ਉਧਰ ਉਹ ਕੌਣ ਹੈ ਜਿਹੜਾ ਉੱਪਰ ਭੇਡਾਂ ਵਾਲਾ ਆਇਆ? ਮਾਮੇ ਨੂੰ ਮੁੜਾ ਆਇਆ? ਮਾਮਾ ਨਹੀਂ ਹੈ, ਮਾਮਾ ਇਹ ਤੁਹਾਡੇ ਮਾਮੇ ਕਾ ਪੁੱਤਰ ਹੈ, ਤੇ ਮਾਮਾ ਉਧਰ ਡੇਰੇ ਪਰ ਹੀ ਹੈ, ਤੇ ਮਾਮੇ ਕੋ ਬੋਲੋ ਇੱਧਰ ਆਓ। ਮਾਮਾ ਤਾਂ ਬੁੱਢਾ ਹੈ ਨਾ? ਬੁੱਢਾ ਹੈ। ਇੱਧਰ ਠੰਡਾ ਇਲਾਕਾ, ਕਿਤਨਾ ਪਿਆਰਾ ਇਲਾਕਾ ਇੱਧਰ, ਸਹੀ ਹੈ ਨਾ? ਇਹ ਵਾਰ ਤਾਂ ਆਖਿਰ ਮਾਮੇ ਆ, ਇੱਧਰ ਆ, ਇਲਾਕਾ ਬੜਾ ਸੋਹਣਾ ਜਾਇਆ। ਉਹ ਮੰਜੀ ਵਾਲਾ ਜਾਣਾ ਕੌਣ ਹੈ? ਉਹ ਪਠਾਨ ਹੈ, ਸ਼ਾਹਜਹਾਨ ਹੈ। ਚਲ ਉਸ ਕੋਲ ਜਾਣੇ, ਭੈਡਾਂ ਤੁਸੀਂ ਭੈਣ ਭਰਾ ਦੱਸਣੇ ਅੱਛੀ ਤਾਂ ਤੁਹਾਨੂੰ ਤੱਕੋ, ਮਾਸ਼ਾਅੱਲਾ ਕਿੰਨੀਆਂ ਪਿਆਰੀਆਂ ਲਾਉਣੀਆਂ ਪਈਆਂ ਇੱਥੇ, ਬਾਕੀ ਜਿਹੜੀਆਂ ਕੁਝ ਉੱਧਰ ਕਿਹੜੀ ਮਿਰੀ ਗਈਆਂ ਤੁਸੀਂ ਤੱਕੋ, ਬਾਕੀ ਤੁਹਾਨੂੰ ਸੁਣੋ ਉਸਮਾਨ ਹਸੀਨ ਤੱਕੋ, ਮਾਸ਼ਾਅੱਲਾ ਕਿਤਨਾ ਖੂਬਸੂਰਤ ਚੜ ਲੱਗੀ ਰਿਹਾ। ਤਾਂ ਕਿਹਾ ਨੇ ਨਾ ਤੁਸੀਂ ਭੈਡਾਂ ਦੱਸਣੇ ਆ। ਹੈਂ, ਮਾੜਾ ਇਲਾਕਾ ਸਚਾਣੀ ਤਰੁੱਟਾ ਡਰਿਆਲ ਐ ਤੱਕੋ ਜੀ ਭੈਣ ਭਰਾ, ਭੈਡਾਂ ਜਿਹੜੀਆਂ ਨਾ ਇਹ ਦੇਖਣੇ ਉੱਧਰ, ਉਹ ਉੱਥੋਂ ਸ਼ੁਰੂ ਕਰਨਾ ਵਿੱਚ ਜਾਣੀਆਂ ਪਈਆਂ। ਹੁਣ ਮਿਕੀ ਇਹ ਲਪਣਾਉਣੀਆਂ ਨਹੀਂ, ਜੇ ਮੈਂ ਹੁਣ ਲਪਣਾ ਕਿਸਰਾ ਇਹਨਾਂ ਕੋਲ ਕੋਲ ਜਾਸਾਂ, ਮੈਂ ਤਾਂ ਥੋੜ੍ਹੀ ਦਾਦਾ ਗੱਠੀਆਂ ਹੋ ਸਨ। ਆਣੀ ਆ, ਮੈਂ ਲਾਸ਼ ਨੇ ਐਡੀ ਸਿਆਣੀ ਪੈ ਜਾ ਨਾ ਸਦਨੀ ਬੀਵੀ ਗਈ, ਆਉਣੀ ਆ ਜਾ ਕਸ਼ਮੀਰੀ ਆ ਜਾ, ਮੈਂ ਆਇਆ, ਤੂੰ ਟੈਨਸ਼ਨ ਨਾ ਕੀਣ। ਤੁਸੀਂ ਤੱਕੋ ਭੈਣਾਂ ਤਾਂ ਪ੍ਰਭੂ ਜੀ ਨੇ ਭੈਡਾਂ ਨਹੀਂ ਜਿਹੜੀ ਰੌਣਕ ਆਉਣੀ ਨਾ, ਉਹ ਕਿਤਨੀ ਮਜ਼ੇ ਨਹੀਂ ਹੈ ਤਾਂ ਕੀ ਨਹੀਂ ਨਾ। ਤੁਸੀਂ ਦੱਸਣਾ ਭੈਣਾਂ ਪ੍ਰਭੂ ਜੀ ਨੇ ਨਹੀਂ ਰੌਣਕ, ਆਹਾ ਹਾ 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 ਵਾਹ ਵਾਹ, ਤਾਂ ਕਹਿੰਦੇ ਨਾ ਮਾਸ਼ਾਅੱਲਾ ਕਿਤਨੀਆਂ ਖੂਬਸੂਰਤ ਲੱਗੀ ਰਹੀਆਂ ਚਰਨੀਆਂ ਵੀ ਆ। ਤਾਂ ਕਹਿੰਦੇ ਨਾ ਉੱਧਰ ਕੈਮਰਾ ਮਾਰਸਾ ਥਿਆ, ਮਗਰ ਉੱਧਰ ਸੂਰਜ ਸਿੱਧਾ ਸਿੱਧਾ ਆਇਆ ਨਾ, ਇਸ ਕਰਨਾ ਸਹੀ ਨਾ ਦਿਸਣ। ਇੱਧਰ ਜਿਹੜੀਆਂ ਨਾ ਮਾਸ਼ਾਅੱਲਾ ਬਹੁਤ ਪਿਆਰੀਆਂ ਲੱਗੀ ਰਹੀਆਂ, ਫੇਰੀ ਦਾ ਕੈਮਰਾ ਮੈਂ ਗਿਣੀਆਂ ਦਾ
ਉਹ ਪਾਰ ਬੱਕਰੀਆਂ ਨੇ ਜਿਹੜੀਆਂ ਨਾ ਉਹ ਬੱਕਰੀਆਂ ਨੇ ਜਾਣਾ ਉਧਰ ਬਾਹਰੋਂ ਬਾਹਰ ਹੀ ਜਾ ਸੀ ਉਧਰ ਹਮੇਸ਼ਾ ਕਹਿ ਦੱਸਣੇ ਭੇਡਾਂ ਸਾਰੀਆਂ ਕਿਤਨੀਆਂ ਪਿਆਰੀਆਂ ਲੱਗੀਆਂ ਨੇ ਆ ਵਾਹ ਜੀ ਵਾਹ ਭੇਡਾਂ ਬਹੁਤ ਖੂਬਸੂਰਤ ਲੱਗੀ ਰਹੀਆਂ ਬਹੁਤ ਮਜ਼ੇ ਦੀਆਂ ਭੇਡਾਂ ਉਹਨਾਂ ਨੂੰ ਦੱਸੋ ਅਤੇ ਤੁਸੀਂ ਤੱਕੀਆਂ ਸਨ ਅਸਾਂ ਅਕਸਰ ਜਾਣਾ ਡੈਮ ਪਰ ਆਏ ਡੈਮ ਨੇ ਮਰੇ ਅਸਾਂ ਡੈਮ ਪਰ ਜਾਣਾ ਸਾਂ ਕਿ ਡੈਮ ਨੇ ਕੋਈ ਬੁੱਝਿਆ ਸੀ ਜੇ ਡੈਮ ਚੰਨਾ ਪਿਆ ਜਿਹੜਾ ਡੈਮ ਚਿੜ ਸੀ ਉਸ ਤੋਂ ਬਾਅਦ ਇੱਧਰ ਤਾਂ ਕਣਕਾਂ ਆਏ ਗੁਣੀ 'ਚ ਚਿੜ ਸੀ ਤਾਂ ਕਿਹੜਾ ਨੁਕਸਾਨ ਕਰ ਸੀ ਕਣਕਾਂ ਜਿਹੜੀਆਂ ਪਲੀਰ ਸ਼ਰੀਫ ਦਰਬਾਰ ਉਸ ਤੋਂ ਉੱਪਰ ਉੱਪਰ ਨੂੰ ਇਸ ਸਾਈਡ ਪਰ ਥੋੜ੍ਹੀਆਂ ਜਿਹੀਆਂ ਹੈ ਨਾ ਅਤੇ ਬਾਕੀ ਦਾਦਾ ਉੱਧਰ ਉੱਪਰ ਨਾ ਇੱਧਰ ਬੁਣ ਕੋ ਨਹੀਂ ਅਤੇ ਭੈਣੋ ਭਰਾ ਜੁਲੇ ਹਾਂ ਡੈਮ ਪਰ ਬਾਕੀ ਸੀਨ ਸੰਗ ਡੈਮ ਪਰ ਚੈੱਕ ਕਰਾਉਣੇ ਆ ਠੀਕ ਹੈ ਟੈਨਸ਼ਨ ਪਰੇਸ਼ਾਨੀ ਨਹੀਂ ਕਿ ਨਹੀਂ ਅੱਜ ਵਾਲੀ ਵੀਡੀਓ ਬੜੀ ਮਜ਼ੇ ਨਹੀਂ ਆਉਣੇ ਲਈ ਨੇ ਮਾੜੇ ਭੈਣੋ ਤਾਂ ਭਰਾਓ ਅੱਜ ਮਾੜਾ ਪ੍ਰੋਗਰਾਮ ਹੀ ਅਸੀਂ ਡੈਮ ਪਰ ਜਾਣਾ ਅਤੇ ਡੈਮ ਪਰ ਤੁਸੀਂ ਦੱਸਣਾ ਭੈਣੋ ਭਰਾਓ ਮੈਂ ਤਾਂ ਕੋਈ ਗੈਸ ਲਿਖਦਾ ਵਾ ਜਿਹੜੇ ਸਾਡੇ ਮਾਸਟਰ ਰਾਸ਼ੀ ਸ਼ਬੀਰ ਸਾਹਿਬ ਨਾ ਉਹ ਜਿਹੜੀ ਸਾਡੀ ਅੰਗਲ ਜਿੱਦ ਮੈਂ ਖੜੀ ਕੀਤੀ ਨਾ ਇਸ ਸਾਈਡ ਪਾਰ ਪੰਜੇ ਪੀਰੇ ਤਮਾਸ਼ਾ ਉੱਧਰ ਗਏ ਵੇ ਅੱਜ ਰਾਬਤਾ ਕੋਈ ਨਹੀਂ ਕੀਤਾ ਨੇ ਉਹਨੇ ਜੁਰਮਾਨਾ ਪੇਸੀ ਕਿਸੇ ਕੋਲ ਜਿਹੜੀਆਂ ਉਹ ਬੁਣ ਛੋੜੀਆਂ ਨੇ ਉਹ ਦੂਰ ਰਹੀਆਂ ਨੇ ਜਿਹੜੀਆਂ ਹੈ ਨਾ ਇਸ ਹੁਣ ਤੱਕ ਭੇਡਾਂ ਜਿਹੜੀਆਂ ਸਾਰੀਆਂ ਗਰਮੀ ਦੇ ਵਿੱਚ ਪਲੂਣੀ ਠੱਡੀ 'ਚ ਬੈਠੀਆਂ ਉਹਨੇ ਇਹ ਖਾਨ ਸਾਹਿਬ ਰੋਜ਼ ਚਾਰਨੇ ਪਏ ਇਹ ਖਾਨ ਸਾਹਿਬ ਗੱਲ ਨਹੀਂ ਕਰਨੇ ਪਤਾ ਨਹੀਂ ਕਹਿ ਨੇ ਇਹ ਸਾਡੇ ਰੂਠੇ ਵੀ ਜਾ ਕੇ ਵਾ ਕੇ ਬਾਕੀ ਸਾਨੂੰ ਭੇਡਾਂ ਸਾਰੀਆਂ ਸਾਡੇ ਕੋਲ ਕੋਲ ਤਾਂ ਕਿਸੇ ਕੋਲ 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 ਅਸਣੀਆਂ ਪਈਆਂ ਇਹ ਕਹਿ ਲਈ ਨਹੀਂ ਮਾਸ਼ਾ ਅੱਲਾ ਇਹ ਤਾਂ ਕੀ ਕਹਿਣਾ ਬਾਕੀ ਭੇਡਾਂ ਜਿਹੜੀਆਂ ਨਾ ਸਾਰਾ ਫਰੀ ਥੁਰੀ ਨੇ ਆਖਿਰ ਭੇਡਾਂ ਹੀ ਨਹੀਂ ਇਹ ਤੱਕੀਆਂ ਨਾ ਇਹਨਾਂ ਨੂੰ ਕੋਈ ਆਪਣਾ ਸਵਾਦ ਹੈ ਅਤੇ ਇਹ ਜਿਹੜੇ ਸਾਡੇ ਇਹ ਭਾਈ ਨਾ ਇਹਨੇ ਜਾਣੇ ਹੋ ਤੁਸੀਂ ਅੱਜ ਪੂਰੀ ਦਿਹਾੜ ਚਾਚਾ ਮੀ ਭੇਡਾਂ ਭੇਡਾਂ ਨਾ ਦੱਸੋ ਪੂਰੀ ਦਿਹਾੜ ਅੱਜ ਹਾਂ ਅੱਜ ਦਿਹਾੜ ਤੋਂ ਕਸਮ ਮੈਂ ਤੁਸੀਂ ਸ਼ੂਟ ਕਰਨਾ ਭੇਡਾਂ ਨਾਲ ਹਾਂ ਸ਼ੂਟ ਕਰਨਾ ਸਹੀ ਆਹੋ ਪਰ ਕਿੱਥੇ ਚਾਹ ਬਣਾਸੋ ਚਾਹ ਇਨਸ਼ਾਅੱਲਾ ਬਸ ਬਣਾਣੇ ਪੇ ਪਾਰ ਪਲੇਅਰ ਦਿਲਬਾਰੇ ਕੋਲ ਬਣਾਵਾਂ ਜਦੋਂ ਉਹ ਜਿਹੜੀ ਉੱਪਰ ਹੈ ਉਹ ਜਿਹੜੀ ਉੱਪਰ ਹੈ ਉਹ ਸਮਝ ਲੈ ਕਰਵਾਉਣੀ ਮਕਸਦ ਬਸ ਸਾਨੂੰ ਕੱਲ ਜਾੜੀ ਬਣਾਈ ਸੀ ਤਰਾ ਚਾਹ ਬੜੀ ਮੱਦਰ ਚਾਹ ਬਣਾਈ ਸੀ ਇਹ ਬੋਤਲਾਂ ਹੀ ਕਾ ਬਾਇਆ ਨੇ ਹੁਣ ਇਹ ਬੋਤਲਾਂ ਚਾਚਾ ਜੀ ਨੇ ਚਾਚਾ ਜੀ ਬਾਈ ਇਹ ਦਵਾਈ ਆ ਇਹ ਦਵਾਈ ਫਾਂਦੀ ਸੀ ਇੰਗਲੈਂਡ ਤੋਂ ਬਸ ਤੜਾਈ ਪਾਰ ਬਣਾ ਦੇ ਹੁੰਨੇ ਆ ਇਹ ਬੁੱਢੀ ਦਵਾਈ ਆ ਇਹ ਤਾਂ ਲੱਭਣੀ ਨਹੀਂ ਸਪੈਸ਼ਲ ਦਵਾਈ ਬਣਨੀ ਆ ਮੈਂ ਹਾਂ ਦੁੱਧ ਬਾਈ ਇਹਦੇ ਵਿੱਚ ਦੁੱਧ ਨਹੀਂ ਆ ਦੁੱਧ ਇਨਸ਼ਾਅੱਲਾ ਸ਼ਾਮੀ ਤੋਫਾ ਇਹਨਾਂ ਦਾ ਦੁੱਧ ਬੜਾ ਮਜ਼ੇ ਨਾਲ ਕਿੰਨੇ ਭਾਰੂ ਨੇ ਇਹ ਪਾਰੋ ਨਿੱਕਾ ਬੜਾ ਪਾਰੋ ਅਸੀਂ 200 ਲੇਕਿਨ ਬੜਾ ਪਾਰੋ ਜਿਹੜਾ 160 ਆ 160 ਬਾਕੀ ਭੇਡਾਂ ਸੁਣੀ ਸੁਣੀਆਂ ਸੁਣੀਆਂ ਹੁਣ ਇਹ ਕੁਛ ਸੁਣੀ ਸੁਣੀ ਨੇ ਕੋ ਬੜੇ ਛੜੇ ਦਿੱਤੇ ਮਾ ਅੱਬਾ ਤੁਹਾਡਾ ਤੱਪਿਆ ਵੀ ਅੱਜ ਇਹ ਤਾਂ ਕੁਝ ਲੈ ਲਾ ਮਾਸ਼ਾਅੱਲਾ ਕਹਲੇ ਰੰਗਾਂ ਦੀ ਕਿਤਨਾ ਖੂਬਸੂਰਤ ਹੈ ਵਾਹ ਜੀ ਵਾਹ ਆਣੇ ਸਿਹਤ ਨਹੀਂ ਠੀਕ ਮਾੜੀ ਅੱਜ ਤੇ ਕੁਦਰਤ ਫਿਰ ਆਏ ਤਾਂ ਫਿਰ ਬਣਾਸਾਂ ਮੈਂ ਚਲੋ ਠੀਕ ਹੈ ਇੰਨੇ ਲਈ ਮਾੜੇ ਪਣਾ ਪ੍ਰੋ ਭੇਡਾਂ ਲੈਣ ਪਾਸੋਂ ਜਾਣ ਛੜਾਈ ਭੇਡਾਂ ਚਾਰੀ ਚੂਰੀ ਨਾਲ ਥੱਕੀ ਗਏ ਸਾਂ ਅਸਾਂ ਹੱਕੀ ਨਾਲ ਸਾਂ ਭੈਣਾ ਪਰ ਅਸਲ ਜਿਹੜੀ ਚੀਜ਼ ਹੈ ਨਾ ਉਹ ਡੈਮ ਸੀ ਜਿਸ ਨੇ ਮੇਰੇ ਸਾਂ ਆਂਡ ਕਰੀ ਤਾਂ ਆਏ ਹਾਂ ਉਹ ਡੈਮ ਦੱਸਾਂ ਦੱਸਣਾ ਸੀ ਭੈਣਾ ਪਰਾ ਉਹ ਡੈਮ ਜਿਹੜਾ ਨਾ ਇਸ ਲਈ ਫੁੱਲ ਸਪੀਡਾਂ 'ਚ ਰੂਹ ਜੀ ਜਿਸਣਾ ਪਿਆ ਕਈਆਂ ਜਿਹੜਾ ਨਾ ਇਹ ਪਿੱਛੇ ਸੋ ਕਿਤੇ ਕਿਤੇ ਬਾੜੀ ਜਿਹੜਾ ਨਾ ਇਹ ਪਾਣੀ ਚੰਨਾ ਪਿਆ ਤੁਹਾਨੂੰ ਤਾਂ ਕਿਸੇ ਕੋਲ ਇੱਧਰ ਜਿਹੜੀ ਪਾਣੀ ਸਪੀਡ ਹੈ ਨਾ ਕੋਈ ਮਿਸ਼ਾ ਕਾ ਫੁੱਟ ਫੁੱਟ ਚੜਿਆ ਇਹ ਗੱਲ ਆ ਬਜ਼ੁਰਗੋ ਅਸਲਾਮ ਵਾਲੇਕਮ ਬਜ਼ੁਰਗੋ ਥੋੜ੍ਹੀ ਜਿਹੀ ਸਾਈਡ ਪਰ ਰੱਖੋ ਜੇ ਤੁਸੀਂ ਥੋੜ੍ਹੀ ਜਿਹੀ ਸੂਰਜ ਵਿੱਚ ਛੋ ਨਾ ਮੈਂ ਚਿਹਰਾ ਸਹੀ ਦਿਸ ਹੈ ਹਾਂ ਮੈਂ ਫਿਰ ਤੂੰ ਪਹਿਲੇ ਬਸ ਪੈਸਾ ਹੋਰ ਸੁਣਾਓ ਸਿਹਤ ਸਿਹਤ ਠੀਕ ਹੈ ਕਿਆ ਨਾਂ ਹੈ ਮਾੜੇ ਚਾਚੇ ਬਜ਼ੁਰਗਾਂ ਨਾ ਭਰਾਓ ਨਾ ਅਬਦੁਲ ਹਫੀਜ਼ ਚੁੱਕਦਾ ਡਡਿਆਲ ਇੱਕ ਵਾਰੀ ਅੱਗੇ ਭੱਟੀ ਚੌਕ ਅੱਗੇ ਵੀ ਕਿਸੇ ਸ਼ੱਕ ਪੈਣਾ ਵੀ ਮੁਲਾਕਾਤ ਹੋਈ ਛੱਪਰਾਂ ਹਾਂਜੀ ਉੱਥੇ ਮੁਲਾਕਾਤ ਹੋਈ ਸੀ ਕਿਹੜੇ ਲਾਏ ਹੋ ਇੱਧਰ ਕੁਛ ਕਾਰ ਜਾਰੀ ਕੀਤਾ ਨੇ ਜਾਂ ਲਾਏ ਨੇ ਇੱਕ ਦੋ ਦਾਣੇ ਲਗੇ ਨੇ ਕੋਈ ਕਾ ਕਰ ਲੈਣ
ਅੱਛਾ ਜੇ ਦਾਣੇ ਕੱਢੋ ਤਾਂ ਅਸਾਂ ਵੀ ਨਾਲ ਚਸਕਾ ਲਾਈ ਕੇ ਥੋੜਾ ਜਿਹਾ ਤੱਕੀ ਤਿਕਣਾ ਨਾ ਬਾਕੀ ਅਸੀਂ ਵੀ ਜਾਣਾ ਪੈਣਾ ਪਾਣੀਆਂ ਨੇ ਟੂ ਪੈਡ ਦਾ ਉਹ ਫਿਰ ਅੱਗੇ ਲੱਗੇ ਨੇ ਕਿਨਾਰੇ ਭਰਵਾਉਣਾ ਤਾਂ ਫਿਰ ਠੀਕ ਫਿਰ ਤਾਂ ਚਲੋ ਸੋ ਤੱਕ ਬਾਅਦ ਜਿੱਥੇ ਵੀ ਹੈ ਨਾ ਅੱਜ ਅਸੀਂ ਦੱਸੀ ਲਓ ਸ਼ੌਂਕ ਸਾਰੀ ਜ਼ਿੰਦਗੀ ਰਹੀ ਜਾਲ ਪਾਉਂਦੇ ਹਾਂ ਕੱਢਣੇ ਹੋ ਤੱਕਣੇ ਨਹੀਂ ਅੱਜ ਤਾਂ ਇਹ ਪੂਰੀ ਕਰੀ ਲਓ ਇਹ ਤਾਂ ਸਾਨੂੰ ਦਾਣਾ ਲੱਗਿਆ ਨਿੱਕਾ ਜਾਂਦਾ ਚਲੋ ਜਿਹੜਾ ਵੀ ਆਇਆ ਚਲੋ ਅਸੀਂ ਸ਼ੁਗਲ ਤੱਕਣਾ ਨਾ ਭੈਣਾਂ ਤਾਂ ਭਰਾਓ ਬਜ਼ੁਰਗਾਂ ਜਾਲ ਲਾਏ ਵੇ ਦਾਣਾ ਬੜਾ ਨਹੀਂ ਸਾਰੀ ਇੰਨਾ ਰਿਕੁਐਸਟ ਕੀਤੀ ਅਸਾਂ ਸਾਰੀ ਮੰਨੀ ਗਏ ਭਲਾ ਵਾ ਇਹਨਾਂ ਨਾਲ ਇਹ ਪਿਛਲੇ ਦੋ ਸਾਲ ਪਹਿਲੇ ਵੀ ਇਹਨਾਂ ਨੇ ਮਾੜੀ ਮੁਲਾਕਾਤ ਹੋਈ ਸੀ ਕਿਨਾਰਿਆਂ ਨੇ ਮੋੜੇ ਰਾਰੀ ਠਾਇਟ ਪਰ ਅੱਜ ਫਿਰ ਤੱਕੋ ਨਾ ਬੰਦਾ ਆਉਣਾ ਜੀਣਾ ਵਾਇਆ ਤਾਂ ਮੁਲਾਕਾਤ ਹੋਈ ਜਾਣੀ ਹੈ ਉਸ ਜ਼ਿੰਦਾ ਰਹੋ ਤੋ ਐਸੇ ਹਰ ਸ਼ਖਸ ਇਹਤਰਾਮ ਕਰੇ ਮਰੋ ਤਾਂ ਦੁਸ਼ਮਣ ਵੀ ਸਲਾਮ ਕਰੇ ਮਾਸ਼ਾਅੱਲਾ ਹੁਣ ਤੱਕੀ ਸਕਣੇ ਜੀ ਬਜ਼ੁਰਗ ਕਟਸਨ ਜਾਲਾਂ ਸਿਰੇ 'ਚ ਮੱਛੀ ਅਤੇ ਤੁਸਾਂ ਭੈਣਾਂ ਭਰਾਵਾਂ ਨਾਲ ਸ਼ੇਅਰ ਕਰ ਸਾਂ ਮੱਛੀ ਵੀ ਤੱਕੀ ਸਕਣੇ ਮਾਸ਼ਾਅੱਲਾ ਇਹ ਉਹ ਚਾਚੇ ਨਾਲ ਜਾਲ ਕੱਢਿਆ ਵਾਹ ਜੀ ਵਾਹ ਉਹ ਦੇਖੋ ਜੀ ਅੱਗੇ ਵੀ ਇੱਕ ਨਾਲ ਲਗਾ ਵਾ ਮੈਂ ਸ਼ੱਕ ਹੈ ਇਹ ਵੀ ਠੀਪਰਾ ਲੋਕਾ ਹੀ ਹੈ ਵਾਹ ਜੀ ਵਾਹ ਜੀ ਵਾਹ ਤੱਕੀ ਸਕਣੇ ਜੀ ਮਾਸ਼ਾਅੱਲਾ ਇਹ ਤੱਕ ਨਾ ਉਹ ਠੀਪ ਨਿੱਕੇ ਨਿੱਕੇ ਲੱਗੇ ਵੇ ਓਲੇ ਦਾਣੇ ਲੱਗੇ ਉਹ ਤੇ ਕੋਲ ਜੀ ਨਾਲ ਠੀਪਰੇ ਲੱਗੇ ਵੇ ਆ ਉਹ ਥੋੜ੍ਹਾ ਵੱਲ ਹੈ ਉਹ ਥੋੜ੍ਹਾ ਠੀਕ ਹੈ ਆ ਇਹ ਚੀਜ਼ ਤਾਂ ਖਾਣੇ ਲਈ ਦੀ ਆਈ ਹੈ ਨਾ ਖਾਣੇ ਲਈ ਚੀਜ਼ ਦੀ ਆਈ ਹੈ ਇਹ ਤਾਂ ਕੋਲ ਜੀ ਆਣੇ ਖਾਣੇ ਲਈ ਚੀਜ਼ ਦੀ ਹੈ ਨਾ ਨਾ ਸਹੀ ਹੈ ਨਾ ਬੜੀ ਇਹ ਸ਼ਿਕਾਰ ਕਰਨੇ ਪਏ ਆਣੇ ਦੋ ਘੰਟੇ ਪਾਣੀ ਚੰਨਾ ਪਿਆ ਮੇਨ ਚੀਜ਼ ਹੈ ਪਾਣੀ ਦਾ ਇੱਥੋਂ ਗੈਸ ਨਹੀਂ ਲਿਖਦਾ ਜਿਹਨੂੰ ਕਿ ਪਿਛਲੇ ਸਾਲ ਤੁਸੀਂ ਤੱਕਿਆ ਸੀ ਦਨਿਆਲ ਖਾਲਸਾ ਸਾਹਿਬ ਨਾਲ ਜਿਹੜਾ ਨੀ ਗੈਸ ਕੱਢਿਆ ਸੀ ਉਹ ਜ਼ਮੀਨ 'ਚ ਪੁੱਗ ਹੋਣਾ ਤਾਂ ਉਹ ਪਾਣੀ ਲਿਖਣਾ ਤਾਂ ਬਬੂੜੀਆਂ ਤਾਂ ਦਨਿਆਲ ਖਾਲੋ ਦਾ ਗੈਸ ਬਣਾਈ ਵੜਿਆ ਸੀ ਅਤੇ ਜਿਹਨੂੰ ਗੈਸ ਅਜੇ ਨਹੀਂ ਲਿਖਦਾ ਬਾਬਾ ਐਸ ਟੂ ਪੈਪ ਜਿਹੜਾ ਨਾ ਰਾਰ ਪਾਰ ਹੋਣੇ ਤਾਂ ਕਿਸੇ ਨੇ ਬਾਬੇ ਨਾਲ ਪੂਰਾ ਸਮਾਨ ਨਾ ਰੱਖਿਆ ਵਾ ਦੋ ਘੰਟੇ ਕਿਨੇ ਆਇਆ ਵਾ ਅਤੇ ਭੈਣ ਤੋਂ ਪ੍ਰਭੂ ਜਿਹੜਾ ਅਸਲ ਚੀਜ਼ ਅਸੀਂ ਦੱਸਣਾ ਚਾਹੁੰਦਾ ਸਾਨੂੰ ਉਹ ਤੁਸੀਂ ਦੱਸਣਾ ਚਾਹੁੰਦਾ ਸਾਂ ਜਿਹੜੇ ਸਾਡਾ ਪੰਜੇ ਪੀਰੇ ਮੇਲਾ ਹੋਣਾ ਨਾ ਉਹ ਕਿੱਥੇ ਆ ਉਹ ਜੇ ਦਿੱਸੀ ਗੱਲ ਤਾਂ ਤੁਸੀਂ ਦੱਸਣੇ ਪੈਣਾ ਪਰੋ ਉਹ ਪਾ ਜਿਹੜਾ ਨਾ ਕੱਸਾ ਵਿੱਚ ਜਿਹੜਾ ਨਾ ਮੇਲਾ ਲਗਾ ਉਹਨੇ ਇਹ ਠੀਕ ਹੈ ਇੱਥੇ ਨੇ ਦਾਨ ਦਾਣਾ ਅੱਜ ਮੇਲਾ ਚੱਕਰੀ ਪਰਮੇਸ਼ਰ ਕਹਿ ਦਾਨ ਦੋਨੇ ਪਏ ਨੇ ਅਤੇ ਉੱਥੇ ਅੱਜ ਸਾਡੇ ਮਾਸਟਰ ਰਾਸ਼ੀ ਸ਼ਬੀਰ ਸਾਹਿਬ ਗਏ ਵੇ ਤਾਂ ਅੱਲਾ ਖੈਰੀ ਨੇ ਖੜਿਆ ਨੇ ਉਹਨੇ ਤਾਂ ਖੈਰੀ ਨੇ ਮੋੜਿਆ ਨੇ ਅੱਜ ਕੋਈ ਰਾਬਤਾ ਨਹੀਂ ਨੇ ਕੀਤਾ ਸਾਡੇ ਨਾਲ ਕਿ ਜੇ ਕੋਈ ਤਾਵਲੇ ਹੋਏ ਬਾਕੀ ਥਾਂ ਤੱਕੀ ਸਕਣੇ ਕਾਂ ਜਿਹੜੇ ਨਾ ਉਹ ਤੱਕੀ ਸਾਨੂੰ ਜਿਹੜਾ ਜੋੜਾ ਦਨਿਆਲ ਖਾਲ ਦੱਸਿਆ ਉਹ ਤੱਕੋ ਇਹ ਨਿੱਕੇ ਨਿੱਕੇ ਉਹ ਬੂਹ ਬੜੇ ਕਾਂ ਸਨ ਪਤਾ ਨਾ ਇਲਾਂ ਸਨ ਇਹ ਲੋਕੇ ਲੋਕੇ ਨਾ ਪਰੋ ਮੈਂ ਆਖਾਂ ਮਜ਼ਾ ਨਹੀਂ ਸੁਣਾ ਆਹ ਹਾ ਹਾ ਪਾਣੀ ਵਿੱਚ ਜਾਓ ਨਾ ਜਿਹੜਾ ਉਹ ਕੋਈ ਸਵਾਦ ਹੋ ਰਿਹਾ ਤੱਕੀ ਸਕਣੇ ਜਿਹੜਾ ਪਾਣੀ ਨਾ ਜਿਹੜਾ ਨਾ ਕਾਂ ਉੱਡਣੇ ਮੈਂ ਇਹ ਜਿਹੜੀ ਜਿੱਥੇ ਜਿੱਥੇ ਬੂਟੀ ਦਿਸਣੀ ਨਾ ਭੈਣਾਂ ਪਰ ਉੱਥੇ ਪਾਣੀ ਇਹ ਤਲਾਇਆ ਅਸਾਂ ਉਸੇ ਛੇਤੀ ਵਜਾਉਣਾ ਆ ਅਤੇ ਮਾਸ਼ਾਅੱਲਾ ਪਾਣੀ ਬੜੋ ਯੱਖ ਠੱਡਾ ਨਹੀਂ ਸਾ ਬਰਫ ਨਹੀਂ ਹੋਣੀ ਇਸ ਤਰੀਕੇ ਨਾਲ ਹਮੇਸ਼ਾ ਕਿ ਜਿੱਥੇ ਤੇ ਬੂਟੀ ਦਿਸਣੀ ਉੱਥੇ ਤੱਕ ਜਾ ਸਾਂ ਇਸ ਤੋਂ ਅੱਗੇ ਤਾਂ ਅਸਾਂ ਕਿਉਂ ਨਹੀਂ ਜਾਣਾ ਕਿ ਅੱਗੇ ਖਾਦਾ ਜਿਹੜਾ ਨਾ ਡੂੰਘਾ ਲੱਗਣਾ ਹਮੇਸ਼ਾ ਕਿ
ਤੇ ਪੰਜੇ ਪੀਰੇ ਮਾਸ਼ਾਅੱਲਾ ਰੌਣਕ ਬੜੀ ਸੋਹਣੀ ਲੱਗੀ ਹੋਈ ਇੱਥੋਂ ਦਿਸਣੇ ਫਿਰ ਕੈਮਰੇ 'ਚ ਵਿਸ਼ਨੂੰ ਭੈਣਾਂ ਭਰਾ ਮੈਂ ਸ਼ਾਟ ਇੱਕ ਕਹਿੰਦਾ ਆ ਵਿਸ਼ਨੂੰ ਦੀ ਸਹਿਤ ਸੰਗੀ ਉਸ ਨੇ ਦੱਸਣੇ ਆ ਅਤੇ ਮਾਸ਼ਾਅੱਲਾ ਹੁਣ ਪਿੱਛੇ ਥੋੜ੍ਹਾ ਪਾਣੀ ਤੱਤਾ ਥੋੜ੍ਹਾ ਸੁਨੇ ਹੁਣ ਮਾਸ਼ਾਅੱਲਾ ਭੈਣ ਭਰਾ ਦਾਦਾ ਠੱਡਾ ਹੋਣਾ ਜਾਣਾ ਨੇ ਮਾਸ਼ਾਅੱਲਾ ਮਾਸ਼ਾਅੱਲਾ ਜੀ ਕਹਿੰਦੇ ਨਹੀਂ ਭੈਣ ਭਰਾ ਆਸਾਂ ਹੁਣ ਹੈਗੀਆਂ ਵਿਹਲੇ ਸੂਰਜ ਵੀ ਜਿਹੜਾ ਨਾ ਬਿਲਕੁਲ ਮਾਵਾਂ ਸੂਰਜ ਨਾਲ ਨੇੜਾ ਲੱਗਾ ਵਾ ਤਾਂ ਸਾਰਾ ਵੀ ਪਿੰਡ ਆ ਬੂੰ ਲੰਮਾ ਆ ਅਤੇ ਹੁਣ ਮੋਟਰਸਾਈਕਲ ਖੜਤਾ ਵਾ ਮੋਟਰਸਾਈਕਲ ਹੈਗੀ ਮਾਰਸਾਂ ਕਿੱਕ ਅਤੇ ਜਿਹੜੇ ਉਹ ਭਾਈ ਉਹਨਾਂ ਕੀ ਨਾਲ ਬਾਲਸਾਂ ਲੈ ਲਏਗੀ ਅਤੇ ਜੁੱਸਾਂ ਫਿਰ ਅਤੇ ਅੱਲਾ ਖੁਸ਼ ਰੱਖਿਆ ਇਹਨਾਂ ਬਜ਼ੁਰਗਾਂ ਕੀ ਤਾਂ ਕੋ ਗਿਆ ਸਾਨੂੰ ਮੁਲਾਕਾਤ ਕੀਤੀ ਨਵਾਜ਼ ਪੜ੍ਹਨੇ ਪਏ ਇਹ ਅੱਲਾਹ ਤਾਲਾ ਹਰ ਕਿਸੇ ਕੀ ਹਿੰਮਤ ਹੈ ਔਰ ਇਸ ਰਾਹ ਪਰ ਚੱਲਣੇ ਤੋਫੀਕ ਦੇ ਮਾਸ਼ਾ ਅੱਲਾਹ ਦਾ ਕੀ ਸੁਣਿਆ ਬਜ਼ੁਰਗ ਨਵਾਜ਼ ਪੜ੍ਹੀ ਰਹੇ ਅੱਲਾ ਅੱਲਾ ਕਰੀ ਰਹੇ ਨੇਮ ਫਿਰ ਵੀ ਸ਼ਿਕਾਰ ਵੀ ਕਰਨੇ ਨਾਲ ਅੱਲਾ ਕੀ ਯਾਦ ਕਰਨੇ ਸਾਨੂੰ ਤਾਂ ਕਿਸੇ ਨੇ ਭੈਣਾਂ ਤੋਂ ਭਰਾ ਐਸ ਕੀ ਜਾਣੇ ਨੇ ਜ਼ਿੰਦਗੀ ਨੂੰ ਗੁਰਦਾਸ ਰਹੀ ਹੁਣ ਜਿੰਨੇ ਭੈਣ ਭਰਾ ਬਾਕੀ ਸੀਨ ਤੁਸੀਂ ਨਾਲ ਨਾਲ ਦੱਸਣੇ ਦੱਸੋ ਜੀ ਦੋਸਤੋ ਇਸ ਵੇਲੇ ਡੈਮ ਤੁਸੀਂ ਦੱਸਿਆ ਤਾਂ ਭੈਡਾਂ ਵੀ ਦੱਸੀਆਂ ਡੈਮ ਦੱਸਿਆ ਡੈਮ ਚੰਨਾ ਪਿਆ ਇੱਥੇ ਆਇਆ ਅਸਾਂ ਦੋ ਪਿਆਰੇ ਪਿਆਰੇ ਭਾਫੇ ਲੱਭੀ ਗਏ ਇਹਨਾਂ ਨੂੰ ਤੁਰੰਤ ਵਾਕ ਕਰਨੇ ਇਹਨਾਂ ਇੱਕ ਕੁੱਤਾ ਵੀ ਨਾਲ ਆਉਂਦਾ ਵਾ ਫਿਰਨੇ ਤੁਰਨੇ ਡੈਮ ਪਰ ਅਤੇ ਭਾਫੇ ਬੜੇ ਮੁੱਛਾਂ ਬੜੀਆਂ ਸੋਹਣੀ ਰੱਖੀਆਂ ਅਸਲਾਮ ਵਾਲੇਕੁਮ ਪਾਪਾ ਕਾ ਹਾਲ ਹੈ ਛੇ ਛੇ ਠੀਕ ਹੈ ਨਾਂ ਕਾਇਆ ਕਿਹੜੀ ਜਗ੍ਹਾ ਤੋਂ ਛਪਰਾਂ ਤੋਂ ਮੁਕਾਮੀ ਅਤੇ ਕੁਦਰਤ ਦੇ ਡੈਮ ਨਾਲ ਜ਼ਿਆਦਾ ਲਾਣੇ ਤਾਂ ਇਸੋ ਚੜਿਆ ਜਾਂ ਕੋਣੀ ਠੀਕ ਹੈ ਕੋਈ ਦੋ ਦੋ ਫੁੱਟ ਚਾੜਿਆ ਨੇ ਪਾਣੀ ਅਤੇ ਗਰਮੀ ਹੈ ਸਖ਼ਤ ਗਰਮੀ ਹੈ ਨਾ ਅਤੇ ਮੇਲਾ ਜਿਹੜਾ ਇੱਥੇ ਆਇਆ ਇਸ ਪੀਰ ਸ਼ਰੀਫ ਦੰਦ ਦੌੜੇ ਜਾਂ ਕੋਣੀ ਦੌੜੇ ਕਿਹੜੇ ਲੰਬਰਾਂ 'ਚ ਆਏ ਜਾਣੇ ਸੁਰੱਖੀ ਨੇ ਕਿਆ ਨਾਮ ਸੀ ਅਮਨ ਸ਼ਾਂਤੀ ਹੈ ਮਿਹਰਬਾਨੀ ਡੈਮ ਭੇਡਾਂ ਪਾਣੀ ਸਾਰਾ ਕੁਝ ਪੀ ਨਾ ਉੱਪਰ ਚੜੀਆਂ ਫਿਰ ਤਰੇ ਲੱਗੀ ਇਸ ਲਈ ਅਸਾਂ ਆਏ ਗਏ ਆਪਣੇ ਬਾਬਾ ਪੀਰ ਸ਼ਰੀਫ ਨੇ ਦਰਬਾਰ ਨੇ ਕੋਲ ਤਾਂ ਕੀ ਸਕਣੇ ਹੋ ਦਰਬਾਰ ਸਾਡੀ ਐ ਕੋਲ ਹੈ ਅਤੇ ਮਾਸ਼ਾਅੱਲਾ ਇਸ ਦਰਬਾਰ ਪਰ ਮੇਲਾ ਵੀ ਹੋਇਆ ਸੀ ਪੁਲਿਸ ਵੀ ਹੋਇਆ ਸੀ ਬਾਰਿਸ਼ਾਂ 'ਚ ਹੋਇਆ ਸੀ ਮਗਰ ਹੋਇਆ ਇੱਥੇ ਸੀ ਅਤੇ ਇਸ ਲਈ ਅਸਾਂ ਹੁਣ ਬਿਲਕੁਲ ਉੱਪਰ ਪਹੁੰਚੀਆਂ ਹਾਂ ਤਾਂ ਪਿੰਡ ਉੱਪਰ ਜਿਹੜਾ ਮਾਵਾਂ ਸੂਰਜ ਉਹ ਵੀ ਚਮਕੀ ਰਿਹਾ ਇਸ ਲਈ ਇੱਥੇ ਦਾਦਾ ਜਿਹੜਾ ਅੱਜ ਕੱਲ੍ਹ ਰੌਣਕ ਕਿਹੜੀ ਹੈ ਪਿੰਡ ਉੱਪਰ ਇਸ ਲਈ ਜਿਹੜੇ ਲੋਕ ਅਛਨੇ ਪਿੰਡ ਮੋਟਰਸਾਈਕਲਾਂ ਪਰ ਉਹ ਅਛਨੇ ਪੇਕੀ ਆ ਮੱਛੀ ਨੇ ਸ਼ਿਕਾਰ ਮੱਛੀ ਇਤਨੀ ਭੈਣ ਭਰਾ ਲੱਗੀ ਨੇ ਇਤਨੀ ਮੱਛੀ ਲੱਗਣੀ ਪੈਣਾ ਹੋ ਜਾਣਾ ਗਿਆ ਸਾਂ ਕੱਲ੍ਹ ਤਾਂ ਆਉਣਾ ਸਾਂ ਘਸੀਟਾ ਮਾਰੋ ਇੱਥੇ ਮੈਂ ਤੁਹਾਨੂੰ ਹੈਲਪ ਕਰਸਾਂ ਕੱਲ੍ਹ ਜਾਂ ਪਰਸੋਂ ਕੋਸ਼ਿਸ਼ ਕਰਸਾਂ ਘਸੀਟਾ ਮਾਰਨੇ ਨਹੀਂ ਇੱਕ ਘਸੀਟਾ ਮਾਰਾਂ ਆਉਣੇ ਮੱਛੀ ਬੁੰਗ ਲਗਾਉਣੀ ਹੈ ਮੱਛੀ ਜਿਹੜੀ ਹੈ ਨਾ ਮੱਛੀ ਖਾਓ ਨਾ ਇਸ ਲਈ ਤਾਂ ਮਜ਼ੇ ਨਹੀਂ ਹੋਣੀ ਮੱਛੀ ਸਭ ਭੈਣ ਭਰਾ ਸੋਚੀ ਨਾ ਸਕਣ ਅਤੇ ਜਿਹੜੀ ਮੱਛੀ ਹੈ ਨਾ ਬੁੰਗ ਲਗਾਉਣੀ ਇਤਨੀ ਮੱਛੀ ਹੈ ਨਾ ਸੋਚੀ ਵੀ ਨਾ ਸਕਣੇ ਮੱਛੀ ਖਾਓ ਉੱਪਰ ਧੂੜ ਦਿਸਣੀ ਪਈ ਵੀ ਸ਼ਾਇਦ ਥਰੈਸ਼ਰ ਕਣਕ ਗਾਣੀ ਪਈ ਹੁਣ ਜਿੰਨੇ ਭੈਣ ਭਰਾ ਬਾਕੀ ਨਾਲੋਂ ਨਾਲ ਦੱਸ ਮੈਂ ਇਸ ਲਈ ਸੂਰਜ ਵੀ ਜਿਹੜਾ ਨਾ ਸਵੇ ਨੇ ਇਸਦੇ ਵਿੱਚ ਅਸਾਂ ਨੇ ਮੂੰਹ ਵਿੱਚ ਮੁੱਕਣਾ ਆ ਅਤੇ ਅਸਾਂ ਵਿੱਚ ਮੈਂ ਆਪਾਂ ਹੀ ਥੋੜ੍ਹਾ ਬੰਨਾ ਚਾਹੀਦਾ ਡੈਮ ਜਿਹੜਾ ਨਾ ਇਸਨੇ ਕੋਈ ਸਵਾਦ ਹੀ ਹੋ ਰਿਹਾ ਭੈਣਾਂ ਦੇ ਭਰਾਓ ਕਹਾਂ ਜਿਹੜੇ ਖੁਸ਼ ਹੋਏ ਵੇ ਇਸ ਤੋਂ ਅੱਗੇ ਭੈਣ ਭਰਾ ਉਸ ਆਪਣੇ ਮਾੜਾ ਮਿਸ਼ਕ ਹੈ ਇਸ ਤੋਂ ਅੱਗੇ ਪਲੂਣੀ ਕੌਣ ਜਿਸ ਤਾਂ ਇਸ ਤੋਂ ਅੱਗੇ ਮੈਂ ਜਾਣਾ ਵੀ ਕੌਣੀ ਨੇ ਕਾਫੀ ਸਾਰਾ ਪਿੰਡਾਂ ਮਾਰੀਆਂ ਜਿਹੜੇ ਰਾ ਮੈਂ ਦੱਸਾਂ ਤਾਂ ਕਿਸੇ ਨੇ ਮਿੱਟੀ ਮਿੱਟੀ ਹੋਈ ਹੈ ਉਹ ਕਿਨਾਰਾ ਰਹੀ ਗਿਆ ਸਾਈਡ ਪਰ ਅਤੇ ਅਸਾਂ ਕਿਹਾ ਥੋੜ੍ਹਾ ਜਿਹਾ ਵਿੱਚ ਬੜੀ ਇੰਜੋਏਮੈਂਟ ਕੀਤਾ ਜਾਏ ਪਾਣੀ ਇਹਨਾਂ ਨੇ ਕਹਿ ਤਾਂ ਹੁਣ ਕੋਸ਼ਿਸ਼ ਕਰਸਾਂ ਭੈਣ ਭਰਾ ਅਸਾਂ ਇਹ ਜਿਹੜਾ ਡੈਮ ਨਾ ਕਮ ਤੋਂ ਕਮ ਸ਼ੱਕ ਹੈ ਫੁੱਟ ਦੋ ਦੋ ਫੁੱਟ ਚੜਿਆ ਉੱਚੀਆਂ 'ਚ ਅਤੇ ਲੰਬੇ 'ਚ ਸੋਚਣ ਕਿਤਨਾ ਕਿਤਾ ਲੰਮਾ ਕਿਹਾ ਰਾਜਣਾ ਸੀ ਅਤੇ ਅੱਜ ਜਗ੍ਹਾ ਜਿਹੜੀ ਇਹ ਅਸਾਂ ਚੇਂਜ ਕਰਸਾਂ ਹੁਣ ਬੱਲੇ ਬੱਲੇ ਕੀ ਹੁਣ ਦੱਸਦਾ ਅਸਾਂ ਵਿਊ ਮਾਸ਼ਾਅੱਲਾ ਅਸਾਂ ਭੈਣ ਭਰਾ ਦੱਸਾਂ ਕੋਸ਼ਿਸ਼ ਕਰਸਾਂ ਚੰਗਾ ਤੋਂ ਚੰਗਾ ਵਿਊ ਦੱਸਾਂ ਇੱਥੇ ਪਾਣੀ ਤੱਤਾ ਨੇ ਭੈਣ ਤੋਂ ਭਰਾਓ ਇੱਥੇ ਤੱਤਾ ਨੇ ਤਾਂ ਐਸਾ ਅਸਾਂ ਜਿਹੜਾ ਪਾਣੀ ਹੈ ਨਾ ਅਸਲ ਚੀਜ਼ ਹੈ ਨਾ ਉਹ ਐਂ ਦੇਖਣੇ ਭੈਣ ਤੋਂ ਭਰਾਓ ਜਿਸ ਡਰ ਲਾਉਣਾ ਤੱਕਣੇ ਵੀ
ਇੱਥੇ ਜ਼ਮੀਨ 'ਚ ਗੈਸ ਲਿਖਦਾ ਨੇ, ਇਹ ਤਾਂ ਕੀ ਸਕਣਿਆ ਅਤੇ ਇਹ ਤਾਂ ਕਹਿੰਦੇ ਨਾ, ਇਹ ਤਾਂ ਕੀ ਸਕਣਿਆ, ਇੱਧਰ ਵੀ ਤਾਂ ਕੀ ਸਕਣਿਆ, ਇਸ ਲਈ ਪਰ ਜਿਹੜਾ ਨਾ ਗੈਸ ਹੀ ਗੈਸ ਹੋਇਆ ਵਾ, ਇਹ ਜ਼ਮੀਨ ਗੈਸ ਛੋਣੀ ਨੇ, ਇਤਨੀ ਚੰਗੀ ਜ਼ਮੀਨ ਆ ਸਾਡੀ ਕਸ਼ਮੀਰ ਨੀ ਯਾਰ, ਜੈ ਗੈਸ ਹੀ ਛੋਣੀ ਵੀ, ਆਹ ਜਿਹੜਾ ਹੁਣ ਗੈਸ ਲਿਖਦਾ ਨਾ, ਇਹ ਗੌਰਮੈਂਟ ਜਿਹੜੀ ਪਾਕਿਸਤਾਨ ਦੀ ਮਰਜ਼ੀ ਵੀ ਇੱਥੇ ਹੈ ਜੇ ਇੱਥੇ, ਅੱਛਾ ਚੈੱਕ ਕਰਾਂ, ਮਗਰ ਇੱਥੇ ਚੈੱਕ ਕਰਨੇ ਤਾਂ ਤੁਸੀਂ ਪਤਾ ਨਾ ਮਸ਼ੀਨਰੀਆਂ ਹੈ ਵੀ ਚੇਂਜ ਹੋਣੀਆਂ, ਅਤੇ ਮਸ਼ੀਨਰੀ ਹੈ ਵੀ ਵੈ ਤਾਂ ਉਹ ਕੰਮ ਦੇਣੀ ਤਾਂ ਇਤਨਾ ਸਾਡੇ ਪਾਕਿਸਤਾਨ ਇਤਨੀ ਹੈ ਵੀ ਮਸ਼ੀਨ ਕੋਈ ਨਹੀਂ ਜੀ ਅੱਛੀ ਇੱਥੇ, ਮਗਰ ਕੋਸ਼ਿਸ਼ ਕਰਨ ਇੱਥੇ ਦੁਨੀਆ ਨਹੀਂ ਹਰ ਚੀਜ਼ ਲੱਭੀ ਸਕਣੀ, ਮਗਰ ਗੱਲ ਉਹ ਹੈ ਜਿਹੜੀ ਮਸ਼ੀਨਰੀ ਕੋਈ ਨਹੀਂ ਹੈ, ਪਿੰਡੋਂ ਤਾਂ ਭਰਾ ਉਹ ਮਿਸ਼ਕ ਹੈ ਖਾਦਾ ਹੋਈ ਗਿਆ ਲੰਮਾ, ਤੁਸੀਂ ਪਿੰਡ ਆਪਣਾ ਕੋਲ ਕਿੰਨੇ ਆ, ਇਜਾਜ਼ਤ ਇਸ ਦੁਬਾਰ ਨਾਲ, ਜੇ ਨਵੀਂ ਨਵੀਂ ਵੀਡੀਓ ਕਿਣੀ ਤਾਂ ਸਾਨੂੰ ਖਿਦਮਤ ਇਸੇ ਤਰ੍ਹਾਂ ਹਾਜ਼ਰ ਹੋਣੇ ਨੇ, ਤਬ ਤੱਕ ਕੇ ਲਈ ਇਜਾਜ਼ਤ ਦੱਸੋ, ਫੀ ਮਾਨ ਅੱਲਾ ਔਰ ਖੁਦਾ ਹਾਫਿਜ਼।